ਪਹਿਲਾਂ ਅਸੀਂ ਇਹਨਾਂ ਦਾ ਘਰ ਦੇਖਿਆ, ਬਹੁਤ ਸੋਹਣਾ ਘਰ ਹੈ। ਉਹ ਹਲੇ ਮੈਂ ਵਲੌਗ ਦੇ ਵਿੱਚ ਨਹੀਂ ਦਿਖਾ ਸਕਦਾ ਕਿਉਂਕਿ ਫਿਰ ਅਸੀਂ ਉੱਥੇ ਫਿਲਮ ਸ਼ੂਟ ਕਰਨੀ ਹੈ, ਅਤੇ ਤੁਹਾਨੂੰ ਅਸੀਂ ਫਿਲਮ 'ਚ ਦਿਖਾਵਾਂਗੇ ਜਾਂ ਫਿਰ ਡਿਊਰਿੰਗ ਸ਼ੂਟ ਤੁਹਾਨੂੰ ਉਹ ਜਗ੍ਹਾ ਦਿਖਾਵਾਂਗੇ। ਸਾਡੀ ਟੀਮ ਨਿਕਲ ਚੁੱਕੀ ਹੈ ਜੀ ਰੈਕੀ ਕਰਨ ਵਾਸਤੇ, ਅਤੇ ਅੱਜ ਅਸੀਂ ਸਭ ਤੋਂ ਪਹਿਲਾਂ ਜਾ ਰਹੇ ਹਾਂ ਗੁਰਲੀਨ ਹਾਊਸ, ਜਿਹੜਾ ਫਿਲਮ ਦਾ ਕਹਿ ਲਓ ਮੇਜਰ ਕੰਮ ਸਾਡਾ ਹੈਗਾ ਤਕਰੀਬਨ 8-10 ਦਿਨ ਦਾ, ਉਹ ਗੁਰਲੀਨ ਹਾਊਸ ਦੇ ਵਿੱਚ ਹੈਗਾ, ਹੀਰੋਇਨ ਹਾਊਸ ਜਿਹਨੂੰ ਆਪਾਂ ਕਹਿੰਦੇ ਹਾਂ। ਅਤੇ ਉੱਥੇ ਲਈ ਅਸੀਂ ਨਿਕਲ ਚੁੱਕੇ ਹਾਂ, ਅਤੇ ਨੈਕਸਟ 10 ਮਿੰਟਸ ਦੇ ਵਿੱਚ ਅਸੀਂ ਉੱਥੇ ਪਹੁੰਚ ਜਾਵਾਂਗੇ। ਸਾਡੇ ਹੋਟਲ ਤੋਂ ਤਕਰੀਬਨ 20 ਮਿੰਟ ਦਾ ਰਸਤਾ ਸੀਗਾ ਉਹਦਾ, ਅਤੇ ਆਲਮੋਸਟ ਅਸੀਂ ਪਹੁੰਚਣੇ ਹਾਂ, ਅਤੇ ਉੱਥੇ ਪਹੁੰਚ ਕੇ ਫਿਰ ਤੁਹਾਨੂੰ ਦਿਖਾਉਂਦੇ ਹਾਂ ਅਸੀਂ ਅੱਗੇ ਦਾ ਕੰਮ। ਸੋ ਸਾਡੀ ਰੈਕੀ ਸਟਾਰਟ ਹੋ ਚੁੱਕੀ ਹੈ ਜੀ, ਅਤੇ ਸਾਡੀ ਟੀਮ ਸਾਰੀ ਜਿਹੜੇ ਘਰ ਦੇ ਓਨਰ ਹੈਗੇ ਨੇ, ਲੇਡੀ ਹੈਗੀ ਆ, ਉਹ ਸਾਹਮਣੇ ਸਾਡੇ ਸਭ ਤੋਂ ਅੱਗੇ ਜਾ ਰਹੇ ਹਾਂ। ਪਹਿਲਾਂ ਅਸੀਂ ਇਹਨਾਂ ਦਾ ਘਰ ਦੇਖਿਆ, ਬਹੁਤ ਸੋਹਣਾ ਘਰ ਹੈ। ਉਹ ਹਲੇ ਮੈਂ ਵਲੌਗ ਦੇ ਵਿੱਚ ਨਹੀਂ ਦਿਖਾ ਸਕਦਾ ਕਿਉਂਕਿ ਫਿਰ ਅਸੀਂ ਉੱਥੇ ਫਿਲਮ ਸ਼ੂਟ ਕਰਨੀ ਹੈ, ਅਤੇ ਤੁਹਾਨੂੰ ਅਸੀਂ ਫਿਲਮ 'ਚ ਦਿਖਾਵਾਂਗੇ ਜਾਂ ਫਿਰ ਡਿਊਰਿੰਗ ਸ਼ੂਟ ਤੁਹਾਨੂੰ ਉਹ ਜਗ੍ਹਾ ਦਿਖਾਵਾਂਗੇ। ਅਤੇ ਸੱਚੀ ਬਹੁਤ ਜ਼ਿਆਦਾ ਵੱਡਾ ਘਰ ਹੈ ਇਹਨਾਂ ਦਾ, ਅਤੇ ਇਸ ਟਾਈਮ ਅਸੀਂ ਬੈਕਯਾਰਡ ਦੇ ਵਿੱਚ ਹੈਗੇ ਹਾਂ, ਸੌਂਗ ਲਈ ਅਤੇ ਹੋਰ ਸੀਨਸ ਲਈ ਲੋਕੇਸ਼ਨ ਦੇਖ ਰਹੇ ਹਾਂ। ਹਾਂਜੀ ਅਮਿਤ ਜੀ, ਕੈਸਾ ਲੱਗ ਰਿਹਾ ਘਰ? ਬਹੁਤ ਬੜੀਆ। ਸੋ ਸਾਡੀ ਜਿਹੜੀ ਪਹਿਲੀ ਲੋਕੇਸ਼ਨ ਸੀਗੀ ਉਹ ਕੰਪਲੀਟ ਹੋ ਚੁੱਕੀ ਹੈ, ਤਕਰੀਬਨ ਸਾਨੂੰ 2 ਘੰਟੇ ਇੱਥੇ ਲੱਗ ਗਏ। ਅਤੇ ਇਸ ਘਰ ਦੇ ਵਿੱਚ ਕਿਉਂਕਿ ਕਾਫੀ ਵੱਡਾ ਜਿੱਦਾਂ ਕਿ ਤੁਹਾਨੂੰ ਮੈਂ ਦੱਸਿਆ, ਅਤੇ ਹੁਣ ਅਸੀਂ ਜਾ ਰਹੇ ਹਾਂ ਜੀ ਅਨਦਰ ਲੋਕੇਸ਼ਨ 'ਤੇ, ਅਤੇ ਉੱਥੇ ਜਾ ਕੇ ਫਿਰ ਤੁਹਾਨੂੰ ਦਿਖਾਉਂਦੇ ਹਾਂ। ਉਹ ਮੈਂ ਜਿੱਦਾਂ ਤੁਹਾਨੂੰ ਦੱਸਿਆ ਸੀਗਾ ਸਾਡੀ ਪਹਿਲੀ ਲੋਕੇਸ਼ਨ ਕੰਪਲੀਟ ਹੋ ਚੁੱਕੀ ਹੈ, ਜਿਹੜਾ ਹੈਗਾ ਕਿ ਹੀਰੋਇਨ ਹਾਊਸ ਫਿਲਮ ਦੇ ਵਿੱਚ, ਅਤੇ ਜਿੱਦਾਂ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੀ ਜਗ੍ਹਾ ਹੈ, ਆਸ ਪਾਸ ਇਹਦੇ ਲੈਂਡ ਬਹੁਤ ਜ਼ਿਆਦਾ। ਚੰਦਨ ਦਿਖਾਉਣਾ ਘੁੰਮਾਂਗੇ, ਉਹ ਹੈਗਾ ਘਰ ਬੈਕ ਸਾਈਡ 'ਤੇ, ਅਤੇ ਬਾਕੀ ਇਹਦੇ ਬਾਹਰ ਬਹੁਤ ਵੱਡੀ ਜਿਵੇਂ ਕੰਟਰੀ ਸਾਈਡ ਹਾਊਸ ਹੁੰਦੇ ਨੇ ਇੱਥੇ ਬਹੁਤ ਵੱਡੇ ਵੱਡੇ, ਅਤੇ ਉੱਦਾਂ ਹੈਗਾ ਹੈ। ਅਤੇ ਟੀਮ ਸਾਡੀ ਪਿੱਛੇ ਹੈਗਾ, ਸਾਡੀ ਜਿਹੜੀ ਗੱਡੀ ਆ ਉਹ ਵੀ ਪਿੱਛੇ ਆ, ਅਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਆ ਜਾਓ, ਅਸੀਂ ਵਾਕ ਕਰਕੇ ਜਾਂਦੇ ਹਾਂ ਕਿਉਂਕਿ ਅਜ਼ਮ ਜਿਹੜਾ ਸਾਡੀ ਗੱਡੀ ਡਰਾਈਵ ਕਰ ਰਿਹਾ, ਸਾਨੂੰ ਨਾ ਅਮਨ ਸਿੱਧੂ ਨੇ, ਸਾਡਾ ਦੋਸਤ ਹੈ ਅਮਨ ਸਿੱਧੂ, ਮੈਂ ਉਹਨੂੰ ਫੋਨ ਕੀਤਾ, ਉਹ ਵੀ ਯੂਕੇ 'ਚ ਫਿਲਮ ਸ਼ੂਟ ਕਰ ਰਿਹਾ, ਅਤੇ ਮੈਂ ਉਹਨੂੰ ਫੋਨ ਕੀਤਾ, ਮੈਂ ਕਿਹਾ ਵੀ ਮੌਸਮ ਕਿੱਦਾਂ ਦਾ, ਵੈਸੇ ਤਾਂ ਚਲੋ ਨੈੱਟ 'ਤੇ ਪਤਾ ਲੱਗ ਜਾਂਦਾ ਹੈ, ਲੇਕਿਨ ਮੈਂ ਕਿਹਾ ਐਗਜੈਕਟਲੀ ਚਲੋ ਪਤਾ ਲੱਗ ਜੂਗਾ, ਅਤੇ ਉਹ ਕਹਿੰਦਾ ਜੀ ਠੰਡ ਤਾਂ ਹੈ ਹੀ ਨਹੀਂ ਇੱਥੇ, ਕਹਿੰਦਾ ਭਾਜੀ ਮੈਂ ਤਾਂ ਨਿੱਕਰ ਪਾ ਕੇ ਘੁੰਮਦਾ ਇੱਥੇ, ਉੱਪਰ ਇੱਕ ਹੁੱਡੀ ਪਾਈ ਹੁੰਦੀ ਹੈ ਵੱਧ ਤੋਂ ਵੱਧ, ਅਤੇ ਮੈਂ ਕਿਹਾ ਜੈਕਟਸ ਵਗੈਰਾ ਦਾ ਕੀ? ਮੈਂ ਕਹਿੰਦਾ ਬਸ ਇੱਕ ਜੈਕਟ ਲਿਆਓ, ਅਤੇ ਵਾਰਮਰ ਵਗੈਰਾ ਲਿਆਉਣ ਦੀ ਲੋੜ ਨਹੀਂ ਹੈਗੀ, ਵੀ ਠੀਕ ਹੈ ਵਧੀਆ ਮੌਸਮ ਹੈ। ਅਤੇ ਅਸੀਂ ਹੁਣ ਕੱਲ੍ਹ ਇੱਥੇ ਆਏ ਹਾਂ, ਜਦੋਂ ਅਸੀਂ ਹੀਥਰੋ ਉਤਰੇ ਤਾਂ ਬਾਰਿਸ਼ ਹੋ ਰਹੀ ਸੀਗੀ ਬਹੁਤ ਜ਼ਿਆਦਾ, ਅਤੇ ਪੂਰੀ ਠੰਡ, ਅਤੇ ਅੱਜ ਬਾਰਿਸ਼ ਨਹੀਂ ਹੈਗੀ, ਧੁੱਪ ਵੀ ਨਿਕਲੀ ਸੀ ਪਹਿਲਾਂ, ਲੇਕਿਨ ਠੰਡ ਹੈਗੀ ਹਲੇ ਵੀ ਬਹੁਤ। ਅਤੇ ਸਾਡੇ ਕੋਲ ਕੋਸਟਿਊਮ ਦਾ ਸਾਰਾ ਉਹ ਸੀਗਾ ਲਗੇਜ, ਸਮਾਨ ਅਸੀਂ ਜ਼ਿਆਦਾ ਲੈ ਕੇ ਨਹੀਂ ਆ ਸਕਦੇ ਸੀਗੇ, ਇੱਕ ਇੱਕ ਬੈਗ ਹੀ ਲੈ ਕੇ ਆ ਸਕਦੇ ਸੀਗੇ, ਅਤੇ ਜੈਕਟਾਂ ਮੈਂ ਕਿਹਾ ਲੈ ਕੇ ਵਿੰਡ ਸ਼ੀਟਰ ਹੈ, ਅਤੇ ਇੱਕ ਵਾਰੀ ਹੋਰ ਜੈਕਟ ਉਹ ਅੱਜ ਪਈ ਨਹੀਂ ਪਈ, ਅਤੇ ਠੰਡ ਲੱਗ ਰਹੀ ਹੈ, ਗਲਤੀ ਹੋ ਗਈ, ਅਤੇ ਹੁਣ ਦੇਖਦੇ ਹਾਂ ਪਿੱਛੋਂ ਸਤਵੀਰ ਆਊਗਾ ਜਾਂ ਹੋਰ ਟੀਮ ਆਉਣੀ ਹੈ, ਅਤੇ ਅਸੀਂ ਦੋ ਜੈਕਟਾਂ ਹੋਰ ਮੰਗਵਾਉਂਦੇ ਹਾਂ, ਠੰਡ ਹੈਗੀ ਯਾਰ ਵਧੀਆ, ਫਸ ਗਏ ਠੰਡ ਹੈ ਫਸ ਗਏ। ਚੰਦਨ ਇਹ ਸ਼ੂਟ ਕਰ ਰਿਹਾ ਸੀਗਾ ਮੇਰਾ ਵਲੌਗ, ਜਿਹੜੇ ਪਹਿਲਾਂ ਸ਼ਾਰਟਸ ਲੱਗੇ ਨੇ, ਥੈਂਕ ਯੂ ਯਾਰ, ਅੱਛੇ ਸ਼ਾਰਟਸ ਲਏ ਤੂੰ ਨੇ। ਸੋ ਹੁਣ ਚੱਲਦੀ ਹੈ ਜੀ ਸਾਡੀ ਰੈਕੀ, ਜਿਹੜੀ ਮਾਰਕੀਟ ਦੇ ਵਿੱਚ ਰੋਡਸ ਦੇ ਉੱਪਰ ਅਸੀਂ ਸ਼ੂਟ ਕਰਨਾ ਜਾਂ ਫਿਰ ਰੈਸਟੋਰੈਂਟਸ ਪੈਟੀਓਜ਼, ਅਤੇ ਉਹ ਅਸੀਂ ਕਾਫੀ ਦੇਰ ਤੋਂ ਉੱਥੇ ਘੁੰਮ ਰਹੇ ਹਾਂ, ਅਤੇ ਇਹ ਵਾਲਾ ਰੈਸਟੋਰੈਂਟ ਹੈਗਾ ਜਿੱਥੇ ਅਸੀਂ ਹੁਣ ਲੰਚ ਕਰਨਾ, ਅਤੇ ਮੇ ਬੀ ਸ਼ਾਇਦ ਇੱਥੇ ਅਸੀਂ ਫਿਲਮ ਦਾ ਇੱਕ ਸੀਨ ਵੀ ਸ਼ੂਟ ਕਰਾਂਗੇ, ਹੈਵਨ ਟਰਕਿਸ਼ ਕਿਚਨ।
ਅਸੀਂ ਪਹੁੰਚ ਚੁੱਕੇ ਹਾਂ ਜੀ ਆਪਣੀ ਨੈਕਸਟ ਲੋਕੇਸ਼ਨ ਗੁਰਦੁਆਰਾ ਸਾਹਿਬ ਸਲੋਹ ਦੇ ਵਿੱਚ ਹੈਗਾ ਹੈ ਸੋ ਗੁਰਦੁਆਰਾ ਸਾਹਿਬ ਦੀ ਰੈਕੀ ਅਸੀਂ ਕਰ ਚੁੱਕੇ ਹਾਂ ਆਪਣੇ ਸੀਨਸ ਲਈ ਅਤੇ ਗੁਰਦੁਆਰਾ ਸਾਹਿਬ ਦਾ ਨਾਮ ਹੈਗਾ ਰਾਮਗੜੀਆ ਸਿੱਖ ਟੈਂਪਲ ਸਲੋਹ ਅਤੇ ਨਾਲ ਹੀ ਇਹਨਾਂ ਨੇ ਬਣਾਇਆ ਹੋਇਆ ਰਾਮਗੜੀ ਐਜੂਕੇਸ਼ਨ ਐਂਡ ਕਲਚਰਲ ਸੈਂਟਰ ਪ੍ਰੋਗਰਾਮਸ ਲਈ ਜਿਹੜੀ ਐਕਟੀਵਿਟੀਜ਼ ਕਰਾਉਂਦੇ ਹੋਣਗੇ ਅਤੇ ਵਧੀਆ ਇੱਥੇ ਦੀ ਜਿਹੜੀ ਸੰਗਤ ਉਹਨਾਂ ਨੇ ਉਪਰਾਲਾ ਕੀਤਾ ਹੋਇਆ ਸੋਹਣਾ ਗੁਰੂ ਘਰ ਬਣਾਇਆ ਹੋਇਆ ਅਤੇ ਨਾਲ ਜਿਹੜਾ ਕਲਚਰਲ ਐਕਟੀਵਿਟੀਜ਼ ਲਈ ਹਾਲ ਬਣਾਇਆ ਬਹੁਤ ਵਧੀਆ ਹੁਣ ਆਪਾਂ ਚੱਲਦੇ ਹਾਂ ਜੀ ਬਿਲਕੁਲ ਸਾਹਮਣੇ ਇੱਕ ਛੋਟਾ ਜਿਹਾ ਪਾਰਕ ਹੈਗਾ ਕਹਿੰਦੇ ਇੱਥੇ ਵੀ ਤੁਸੀਂ ਕੋਈ ਸੀਨ ਸ਼ੂਟ ਕਰ ਸਕਦੇ ਹੋ ਟੀਮ ਅੰਦਰ ਜਾ ਚੁੱਕੀ ਹੈ ਅਤੇ ਮੈਂ ਹੁਣ ਜਾ ਰਿਹਾ ਅੰਦਰ ਦੇਖਣ ਇਹ ਬਿਲਕੁਲ ਸਾਹਮਣੇ ਆ ਜੀ ਦੇਖੋ ਰਾਮਗੜੀਆ ਸਿੱਖ ਟੈਂਪਲ ਸਲੋਹ ਗਾਂਵ ਕੀ ਯਾਦ ਆ ਗਈ ਕਿਆ ਨਹੀਂ ਨਹੀਂ ਗਾਂਵ ਕੀ ਯਾਦ ਨਹੀਂ ਆ ਗਈ ਮੈਂ ਦੇਖਾ ਬੋਲਿਆ ਯਾਰ ਇਹ ਲੋਕ ਇਤਨਾ ਬੜੀਆਂ ਨੇਚਰ ਸੰਭਾਲ ਕੇ ਰੱਖੇ ਹਮ ਰੱਖੀ ਨਹੀਂ ਪਾਏ ਸਾਰੀ ਚੀਜ਼ ਤਾਂ ਹਮਾਰੇ ਯਹਾਂ ਵੀ ਹੈ ਲੇਕਿਨ ਹਮ ਨੇਚਰ ਸੰਭਾਲ ਕੇ ਰੱਖ ਨਹੀਂ ਪਾਤੇ ਨਾ ਸਫਾਈ ਰੱਖ ਪਾਤੇ ਹੈ ਨੇਚਰ ਸੇ ਜੋ ਗੰਦਗੀ ਉਹ ਤਾਂ ਚਲੋ ਅੱਛੀ ਬਾਤ ਹੈ ਹਮ ਅਲੱਗ ਸੇ ਗੰਦਗੀ ਕਰਦੇ ਹੈ ਉਹ ਬੁਰੀ ਬਾਤ ਹੈ ਉਹ ਚੀਜ਼ ਮੈਂ ਦੇਖ ਕੇ ਸੋਚ ਰਿਹਾ ਹਾਂ ਕਿ ਹਮ ਅਭੀ ਕਿਤਨਾ ਪੀਛੇ ਹੈ ਰੈਕੀ ਹੋ ਗਈ ਜੀ ਖਤਮ ਕਿਉਂਕਿ ਦਿਨ ਇੱਥੇ ਬਹੁਤ ਲੰਬੇ ਨੇ ਅਤੇ ਸਾਨੂੰ ਨਹੀਂ ਪਤਾ ਲੱਗਿਆ ਅੱਜ ਅਸੀਂ ਕਿੰਨੀ ਲੋਕੇਸ਼ਨ 'ਤੇ ਵਿਜ਼ਿਟ ਕੀਤਾ ਲੇਕਿਨ ਦਿਨ ਆ ਕੇ ਖਤਮ ਹੋਣ 'ਚ ਨਹੀਂ ਆ ਰਿਹਾ ਸੋ ਇਟਸ ਟਾਈਮ ਟੂ ਹੈਵ ਸਮ ਕਾਫੀ ਸੋ ਅਸੀਂ ਕਹਾਂਗੇ ਕੋਸਤਾ ਅਤੇ ਸਾਡੀ ਪੂਰੀ ਟੀਮ ਕਾਫੀ ਪੀਂਦੇ ਹਾਂ ਅਤੇ ਉਸ ਤੋਂ ਬਾਅਦ ਅਸੀਂ ਨਿਕਲਦੇ ਜੀ ਵਾਪਸ ਹੋਟਲ ਅੱਜ ਤੀਸਰਾ ਦਿਨ ਹੈ ਜੀ ਅਤੇ ਸਵੇਰ ਦੇ ਅੱਜ ਅਸੀਂ ਹੋਟਲ ਹੀ ਬੈਠੇ ਸੀਗੇ ਸਾਡੀ ਡਿਸਕਸ਼ਨ ਚੱਲ ਰਹੀ ਸੀਗੀ ਰੈਕੀ ਕਰਨ ਬਾਰੇ ਅਤੇ ਹੋਰ ਸਾਰੇ ਸ਼ੈਡਿਊਲ ਨੂੰ ਲੈ ਕੇ ਸਾਰੀ ਟੀਮ ਸਾਡੀ ਗੁਰਸਿਮਰਨ ਅਜ਼ਮ ਸਾਡੇ ਡੀ ਓ ਪੀ ਸ਼ਕਤੀ ਜੀ ਅਤੇ ਸਾਡੇ ਜਿਹੜੇ ਉਹਨਾਂ ਦੇ ਨਾਲ ਸ਼ਕਤੀ ਜੀ ਦੇ ਅਸਿਸਟੈਂਟ ਚੰਦਨ ਕੈਮਰੇ ਦੇ ਬੈਕ ਸਾਈਡ 'ਤੇ ਥੈਂਕ ਯੂ ਚੰਦਨ ਯਾਰ ਸੁਬਹ ਸੇ ਤੂੰ ਮੇਰੀ ਸੁਬਹ ਨਹੀਂ ਕੱਲ੍ਹ ਸੇ ਮੇਰੀ ਹੈਲਪ ਕਰ ਰਿਹਾ ਹੈ ਨਾ ਵਲੌਗ ਬਣਾਉਣੇ ਮੈਂ ਅਤੇ ਬਾਕੀ ਸਾਡੀ ਟੀਮ ਸਾਰੀ ਅਮਿਤ ਹੈਗਾ ਅਮਨ ਹੈਗੀ ਆ ਅਤੇ ਹੁਣ ਅਸੀਂ ਚੱਲੇ ਹਾਂ ਮੇਰੇ ਖਿਆਲ ਕਾਫੀ ਕੁਫੀ ਪਿੰਡ ਕਿਤੇ ਮਾਰਕੀਟ 'ਚ ਅਤੇ ਉਸ ਤੋਂ ਬਾਅਦ ਇੱਕ ਦੋ ਰੋਡਸ ਵਗੈਰਾ ਦੇਖਣੀਆਂ ਨੇ ਜਿਹੜੀ ਉਹਦੀ ਰੈਕੀ ਕਰਨੀ ਆ ਅਤੇ ਉਸ ਤੋਂ ਬਾਅਦ ਫਿਰ ਕੱਲ੍ਹ ਸਵੇਰੇ ਅਸੀਂ ਏਅਰਪੋਰਟ ਅਤੇ ਹੋਰ ਜਿਹੜੀ ਲੋਕੇਸ਼ਨਸ ਰਹਿ ਗਈਆਂ ਉਹਦੇ 'ਤੇ ਕੰਮ ਕਰਾਂਗੇ ਅਤੇ ਦੈਨ ਡੇ ਆਫਟਰ 28th ਨੂੰ ਸਾਰੇ ਐਕਟਰਸ ਨੇ ਆ ਜਾਣਾ ਫਿਰ ਉਹਨਾਂ ਦਾ ਵੈਲਕਮ ਕਰਾਂਗੇ ਅਤੇ ਸਾਰਾ ਪਲਾਨ ਕਰਾਂਗੇ ਸ਼ੂਟ ਦਾ ਅਤੇ 29th ਤੋਂ ਫਿਰ ਅਸੀਂ ਸ਼ੂਟ ਸਟਾਰਟ ਕਰਾਂਗੇ ਸੋ ਅਸੀਂ ਹੁਣ ਨਿਕਲ ਰਹੇ ਹਾਂ ਜੀ ਕਾਫੀ ਪਿੰਡ ਮਾਰਕੀਟ ਦੇ ਵਿੱਚ ਚੰਦਨ ਆ ਚੱਲਾਂਗੇ ਸੋ ਅਸੀਂ ਘੁੰਮ ਰਹੇ ਜੀ ਇਸ ਟਾਈਮ ਮਾਰਕੀਟ ਦੇ ਵਿੱਚ ਸਨ ਐਲਬਮਸ ਸੇਂਟ ਐਲਬਮਸ ਅਤੇ ਅੱਜ ਦਾ ਦਿਨ ਸਾਡਾ ਰੈਕੀ ਦਾ ਖਤਮ ਹੋ ਚੁੱਕਿਆ ਕਾਫੀ ਇੰਜੋਏ ਕਰ ਰਹੇ ਹਾਂ ਅਤੇ ਕੱਲ੍ਹ ਸਵੇਰੇ ਉੱਠ ਕੇ ਅਸੀਂ ਦੁਬਾਰਾ ਰੈਕੀ 'ਤੇ ਨਿਕਲਾਂਗੇ ਕੱਲ੍ਹ ਲਾਸਟ ਡੇ ਸਾਡਾ ਰੈਕੀ ਦਾ ਅਤੇ ਉਸ ਤੋਂ ਬਾਅਦ ਡੇ ਆਫਟਰ ਸਾਰੇ ਐਕਟਰਸ ਨੇ ਆ ਜਾਣਾ ਤੁਹਾਨੂੰ ਦੱਸਿਆ ਸੀਗਾ ਮੈਂ ਅਤੇ ਉਸ ਤੋਂ ਬਾਅਦ ਫਿਰ ਆਪਾਂ ਕੰਮ ਸ਼ੁਰੂ ਕਰਾਂਗੇ ਸੋ ਹੁਣ ਵਾਪਸ ਹੋਟਲ ਨੂੰ ਅਤੇ ਜਾ ਕੇ ਡਿਨਰ ਸ਼ਿਨਰ ਕਰਦੇ ਹਾਂ ਅਤੇ ਗੱਪੇ ਸ਼ੱਪੇ ਮਾਰਦੇ ਹਾਂ ਅਤੇ ਤਿਆਰੀ ਕਰਦੇ ਹਾਂ